तरन तान के गांव बागड़िया की रहने वाली नवजोत कौर, जिसने किर्गिस्तान के बिश्केक में चल रही सीनियर एशियाई कुश्ती चैंपियनशिप में महिला 65 किलोग्राम वर्ग में स्वर्ण पदक जीतकर भारत का नाम अंतर्राष्ट्रीय स्तर पर ऊंचा किया है। उसका आज तरनतारन पहुंचने पर भव्य स्वागत किया गया। नवजोत कौर के परिजनों और गांव वासियों ने ढोल की थाप पर नाचते हुए भारत की बेटी को बधाई दी। जिला प्रशासन की तरफ से एडीसी संदीप ऋषि और एसडीएम अमनदीप कौर ने फूल मालाएं पहनाकर नवजोत कौर का स्वागत किया। नवजोत कौर ने कहा कि पंजाब सरकार को खिलाड़ियों प्रोत्साहित करने के लिए विशेष प्रयास करने चाहिए। वह खुद चाहती हैं कि उसके 35 गांव बागड़िया में भी रेसलिंग स्टेडियम बने, जिसका लाभ नवजोत के गांव की अन्य लड़कियां भी उठा सकें। ਵਧੀਆ ਲੱਗ ਰਿਹਾ ਵਾ। ਉੱਥੋਂ ਮੈਡਲ ਜਿੱਤਣ ਤੋਂ ਬਾਅਦ ਮੈਨੂੰ ਫਟਾਫਟ ਇਹ ਕਿ ਮੈਂ ਕਦੋਂ ਇੰਡੀਆ ਜਾਵਾਂ, ਕਦੋਂ ਮੈਂ ਮੇਰੇ ਪੰਜਾਬ ਜਾਵਾਂ, ਤਰਨ ਤਾਰਨ ਜਾਵਾਂ ਅਤੇ ਲੋਕਾਂ ਦੀ ਖੁਸ਼ੀ ਦੇਖਾਂ, ਕਿਉਂਕਿ ਮੈਂ ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ, ਹਰ ਜਗ੍ਹਾ 'ਤੇ, ਟਵਿੱਟਰ 'ਤੇ ਮੈਂ ਦੇਖ ਰਹੀ ਸੀ ਲੋਕਾਂ ਦੀ ਖੁਸ਼ੀ। ਅਤੇ ਮੈਂ ਜਦੋਂ ਇੱਥੇ ਆਈ ਅੰਮ੍ਰਿਤਸਰ ਪਹੁੰਚੀ ਅਤੇ ਮੈਂ ਏਅਰਪੋਰਟ 'ਤੇ ਬਹੁਤ ਭੀੜ ਦੇਖੀ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਜੋ ਕਦੇ ਮੈਂ ਸੁਪਨਾ ਸੋਚਿਆ ਸੀ ਉਹ ਅੱਜ ਥੋੜ੍ਹਾ ਪੂਰਾ ਹੋ ਗਿਆ ਅਤੇ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਕਿ ਸਭ ਨੇ ਇੰਨਾ ਮਾਣ ਸਨਮਾਨ ਦਿੱਤਾ। ਉਹਨਾਂ ਵੱਲੋਂ ਠੀਕ ਹੈ, ਆਮ ਆਦਮੀ ਪਾਰਟੀ 'ਤੇ ਆਏ ਦੇ ਕੁਛ ਕੁਛ ਅਕਾਲੀ ਦਲ ਦੇ, ਸਭ ਨੇ ਪੂਰਾ ਕੋਪਰੇਟ ਕੀਤਾ ਅਤੇ ਪੂਰੇ ਵਧੀਆ ਤਰੀਕੇ ਨਾਲ ਮੈਨੂੰ ਟ੍ਰੀਟ ਕੀਤਾ ਅਤੇ ਉਹਨਾਂ ਸਭ ਦਾ ਧੰਨਵਾਦ। ਸੀਐਮ ਸਾਹਿਬ ਨੇ ਮੈਨੂੰ ਮੁਬਾਰਕਬਾਦ ਦਿੱਤੀ ਸੀ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੇ ਲਈ ਟਵੀਟ ਕੀਤਾ। ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਸੀਐਮ ਪੰਜਾਬ ਦਾ ਸੀਐਮ ਮੈਨੂੰ ਟਵੀਟ ਕਰ ਰਿਹਾ ਅਤੇ ਅਮਿਤਾਭ ਬੱਚਨ ਸਰ ਨੇ ਮੈਨੂੰ ਟਵੀਟ ਕੀਤਾ ਅਤੇ ਉਹ ਵੀ ਮੇਰੇ ਲਈ ਬਹੁਤ ਵੱਡੀ ਗੱਲ ਸੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭੁਪਿੰਦਰ ਸਿੰਘ, ਦਿਵਿਆ ਪੰਜਾਬ ਟੀਵੀ, ਭਿੱਖੀਵਿੰਡ।